ਦਸੂਹਾ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ, ਜਿਸ ਨੂੰ ਲੈ ਕੇ ਅੱਜ ਵਿਸ਼ੇਸ਼ ਤੌਰ 'ਤੇ SPD ਹੁਸ਼ਿਆਰਪੁਰ ਸਰਬਜੀਤ ਸਿੰਘ ਬਈਆ ਦਸੂਹਾ ਪਹੁੰਚੇ ਅਤੇ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਹੋਈਆਂ ਸਨ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਲਗਾਤਾਰ ਵੱਖ ਵੱਖ ਟੀਮਾਂ ਬਣਾ ਕੇ ਉਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦਸੂਹਾ ਸ਼ਹਿਰ ਤੋਂ ਲੜਕੀ ਕੋਲ ਸਕੂਟਰ ਖੋਹ ਕੇ ਲੈ ਕੇ ਜਾਣ ਵਾਲੇ ਦੋਨੇ ਦੋਸ਼ੀ ਪੁਲਿਸ ਵੱਲੋਂ ਇੱਕ ਦਿਨ 'ਚ ਕਾਬੂ ਕਰ ਲਏ ਸਨ। ਦੂਸਰਾ ਕੇਸ ਪੰਦਵਾ ਵਾਸੀ ਮੁੰਡੇ ਦਾ ਕਤਲ ਦਾ ਸੀ, ਅੱਜ ਤਿੰਨੇ ਦੋਸ਼ੀ ਦਸੂਹਾ ਪੁਲਿਸ ਵੱਲੋਂ ਫੜ ਲਏ ਗਏ ਹਨ। ਤੀਸਰਾ ਕੇਸ ਸਗਰਾ ਗੋਲੀ ਕਾਂਡ 'ਚ ਇੱਕ ਦੋਸ਼ੀ ਪੁਲਿਸ ਵੱਲੋਂ ਫੜ ਲਿਆ ਗਿਆ ਅਤੇ ਬਾਕੀ ਦੋਸ਼ੀ ਜਲਦੀ ਹੀ ਗ੍ਰਿਫਤਾਰ ਕੀਤੇ ਜਾਣਗੇ। ਇਸ ਮੌਕੇ ਉਹਨਾਂ ਕਿਹਾ ਕਿ ਦਸੂਹਾ ਪੁਲਿਸ ਦੀ ਕਾਰਜਕਾਰੀ 'ਤੇ ਸਵਾਲ ਚੁੱਕਣ ਤੋਂ ਬਾਅਦ ਉਹਨਾਂ ਦੀ ਚੰਗੀ ਕਾਰਜਕਾਰੀ ਦੀ ਸਿਫਤ ਵੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗਲਤ ਕੰਮ ਛੱਡਦੇ ਨਹੀਂ ਤਾਂ ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਹੋਵੇਗੀ। ਇਸ ਮੌਕੇ ਉਹਨਾਂ ਨੇ ਦਸੂਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਮਾੜੇ ਅਨਸਰਾਂ ਦੇ ਖਿਲਾਫ਼ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਉਹ ਦਸੂਹਾ ਪੁਲਿਸ ਨਾਲ ਜ਼ਰੂਰ ਸਾਂਝੀ ਕਰਨ। ਜੇਕਰ ਇਸ ਵਿੱਚ ਕਿਸੇ ਪੁਲਿਸ ਅਧਿਕਾਰੀ ਦਾ ਨਾਮ ਆਉਂਦਾ ਹੈ ਤਾਂ ਉਸ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੇ ਦਸੂਹੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਲੁਟੇਰਿਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ। ਪਿਛਲੇ 2 ਦਿਨਾਂ ਦੇ ਵਿੱਚ ਦਸੂਹਾ ਪੁਲਿਸ ਸਟੇਸ਼ਨ ਦੇ ਵਿੱਚ ਵੱਖ ਵੱਖ ਵਾਰਦਾਤਾਂ ਹੋਈਆਂ, ਜਿਹਦੇ ਵਿੱਚ FIR ਨੰਬਰ 155 ਜਿਹੜੀ ਕਿ ਮਰਡਰ ਹੋਇਆ ਸੀਗਾ ਗੜਦੀਵਾਲ ਰੋਡ 'ਤੇ, ਔਰ ਉਹਦੇ ਵਿੱਚ ਬਲਾਈਂਡ ਮਰਡਰ ਸੀਗਾ। ਸਾਡੀ DSP ਦਸੂਹਾ, SHO ਦਸੂਹਾ ਐਂਡ ਸਾਡੀ CAA DSP ਡੀ ਐਂਡ ਇੰਚਾਰਜ CAA ਸਾਡੇ ਇਮੀਡੀਏਟਲੀ ਉੱਥੇ ਪਹੁੰਚੇ ਟੈਕਨੀਕਲੀ, ਔਰ ਦੂਜੇ ਸੋਸ਼ਲ ਮੀਡੀਆ ਤੋਂ ਹੋਰ ਸੱਜੇ ਖੱਬੇ ਤੋਂ ਸਾਰੀਆਂ ਇਨਵੈਸਟੀਗੇਸ਼ਨ ਕਰਨ 'ਤੇ ਅਸੀਂ ਇਸ ਨਤੀਜੇ 'ਤੇ ਪਹੁੰਚ ਗਏ ਹਾਂ। 3 ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਹੈਗੇ ਹਾਂ ਔਰ ਸਾਡੀਆਂ ਟੀਮਾਂ ਬਿਲਕੁਲ ਲਾਗੇ ਪਹੁੰਚ ਗਈਆਂ ਹੈਗੀਆਂ, ਔਰ ਉਹ 3 ਦੇ 3 ਦੋਸ਼ੀ ਹੀ ਅਸੀਂ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ। ਔਰ ਵਜ੍ਹਾ ਰੰਜਿਸ਼ ਜਿਹੜੀ ਆ ਉਹ ਆਫਟਰ ਅਰੈਸਟ ਹੀ ਮੈਂ ਕਲੀਅਰ ਕਰ ਸਕੂੰਗਾ, ਉਹ ਦੁਬਾਰਾ SSP ਸਾਹਿਬ ਵੀ ਚਾਹੇ ਪ੍ਰੈਸ ਕਮਸ ਕਰਨਗੇ ਉਦੋਂ ਕਲੀਅਰ ਕਰ ਦਾਂਗੇ। ਪਰ ਦੋਸ਼ੀ ਸਾਡੇ 3 ਇਹਦੇ 'ਚ ਨੋਮੀਨੇਟ ਹੋ ਗਏ ਆ ਔਰ ਸਾਡੀਆਂ ਟੀਮਾਂ ਨੇ ਡੇ ਐਂਡ ਨਾਈਟ ਮਿਹਨਤ ਕਰਦੇ ਹੋਏ ਇਹਨੂੰ ਟਰੇਸ ਕਰ ਲਿਆ ਹੈਗਾ ਔਰ ਮੋਸਟ ਪ੍ਰੋਬਬਲੀ ਸ਼ਾਮ ਤੱਕ ਅਸੀਂ ਉਹਦੀ ਅਪਡੇਟ ਵੀ ਦੇਵਾਂਗੇ ਤੁਹਾਨੂੰ। ਸਰ, ਇੱਕ ਸਗਰਾਂ ਦੇ ਵਿੱਚ ਜਿਹੜੀ ਗੋਲੀ ਚੱਲੀ ਉਹਦੇ ਹਾਂ ਹਾਂਜੀ, ਇੱਕ ਰਾਤੀ ਹੀ ਫਿਰ ਦੁਬਾਰਾ ਸਾਡੀਆਂ ਟੀਮਾਂ ਈਵਨ CAE ਵਾਲੀਆਂ ਔਰ SHO ਔਰ DSP ਬਾਹਰ ਹੀ ਸੀਗੇ, ਮਰਡਰ ਦੀ ਤਫਤੀਸ਼ ਕਰ ਰਹੇ ਸੀ। ਇਸੇ ਦੌਰਾਨ ਸਾਨੂੰ ਰਾਤੀ ਇਨਫੋਰਮੇਸ਼ਨ ਆਈ ਵਿਲੇਜ ਡਫਰਾ ਹੈਗਾ ਉੱਥੇ ਸਦਰਾਂ ਪਿੰਡ ਰਾਤ ਨੂੰ ਸਮੇਂ ਇੱਕ ਕਰਿਆਨਾ ਸ਼ੋਪ ਹੈ ਅਤੇ ਨਾਲ ਉਹਦੀ ਚੱਕੀ ਹੈਗੀ ਆ ਬੰਦਿਆਂ ਦੀ, ਉਹਨਾਂ ਦੇ ਇਹਨਾਂ ਨੇ ਲੁੱਟ ਖੋਹ ਕਰਨ ਦੀ ਨੀਅਤ ਨਾਲ 4 ਬੰਦੇ ਦਾਖਲ ਹੋਏ, ਇੱਕ ਮੋਟਰਸਾਈਕਲ 'ਤੇ ਬੈਠਾ ਰਿਹਾ ਅਤੇ 3 ਅੰਦਰ ਗਏ, ਜਿਹੜਾ ਕਿ ਬਹੁਤ ਹੀ ਬਹਾਦਰੀ ਨਾਲ ਉਹ ਸ਼ੋਪਕੀਪਰਸ ਨੇ ਔਰ ਉਹਨਾਂ ਦੇ ਜਿਹੜੇ ਨਾਲ ਦੇ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਹਦੇ ਵਿੱਚ ਸਫਲ ਦੇ ਵਿੱਚ ਇੱਕ ਬੰਦਾ ਸਾਡਾ ਜਿਹੜਾ ਸ਼ੋਪਕੀਪਰ ਆ ਉਹ ਇੰਜਰਡ ਹੋ ਗਿਆ। ਉਹਨਾਂ ਦੇ ਬਿਆਨਾਂ 'ਤੇ ਅਸੀਂ ਸਖਤ ਕਾਰਵਾਈ ਕਰਦੇ ਹੋਏ 307 ਦੇ ਵਿੱਚ ਔਰ ਆਰਮਸ ਐਕਟ ਦੇ ਵਿੱਚ ਔਰ ਵੱਖ ਵੱਖ ਧਾਰਾਵਾਂ ਜਿਹੜੀਆਂ ਲੁੱਟ ਖੋਹ ਦੀਆਂ ਉਹਦੇ ਵਿੱਚ ਅਸੀਂ FIR ਦਰਜ ਕੀਤੀ ਹੈ। ਔਰ ਇਸੇ ਦੌਰਾਨ ਸਾਡੀ ਟੀਮਾਂ ਕਿਉਂਕਿ ਬਾਹਰ ਹੀ ਸੀਗੀਆਂ ਸਾਰੀਆਂ, ਇਨਫੋਰਮੇਸ਼ਨ ਆਈ ਰਾਤ ਦੇ ਸਮੇਂ ਸਿਟੀ ਦੇ ਏਰੀਏ ਦੇ ਵਿੱਚ ਇੱਕ ਮੋਟਰਸਾਈਕਲ 'ਤੇ ਉਹ 4 ਬੰਦੇ ਹੀ ਦੁਬਾਰਾ ਫਿਰ ਦੇਖੇ ਗਏ, ਜਿਸ ਨੂੰ ਸਾਡੀਆਂ ਟੀਮਾਂ ਚੇਸ ਕਰ ਰਹੀਆਂ ਸੀ, ਜਿਹਦੇ ਵਿੱਚੋਂ ਇੱਕ ਬੰਦਾ ਜਿਹੜਾ ਸੀਗਾ ਉਹ ਮੋਟਰਸਾਈਕਲ ਤੋਂ ਉਹਨਾਂ ਦਾ ਪਿੱਛਾ ਕਰਦੇ ਹੋਏ ਡੱਟ ਭਾਈ ਦੇ ਵਿੱਚ ਡਿੱਗ ਪਿਆ ਔਰ ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਔਰ ਉਸ ਦੌਰਾਨ ਹੀ ਉਹਦੀ ਨੱਠ ਭੱਜ ਦੇ ਦੌਰਾਨ ਹੀ ਉਹਦੀ ਇੱਕ ਇੰਜਰਡ ਹੋ ਗਿਆ, ਉਹ ਹੋਸਪਿਟਲ ਫਿਰ ਐਡਮਿਟ ਕਰਾਇਆ।
ਇਹ ਗਰੁੱਪ ਵੀ ਸਾਰਾ ਆਇਡੈਂਟੀਫਾਈ ਅਸੀਂ ਕਰ ਲਿਆ ਹੈਗਾ। ਇੱਕ ਬੰਦਾ ਜਿਹੜਾ ਹੈਗਾ ਹੋਸਪਿਟਲ ਐਡਮਿਟ ਹੈਗਾ, ਜਿਹਦੀ ਲੱਤ ਟੁੱਟ ਗਈ ਹੈਗੀ ਆ, ਔਰ ਬਾਕੀ ਜਿਹੜੇ ਤਿੰਨ ਇਹਦੇ ਸਾਥੀ ਹੈਗੇ, ਇੱਕ ਦਸੂਹੇ ਦਾ ਹੈਗਾ, ਇੱਕ ਕਰਤਾਰਪੁਰ ਦਾ ਹੈਗਾ, ਔਰ ਇੱਕ ਭਲੱਥ ਥਾਣੇ ਦਾ ਹੈ। ਇਹ ਵੀ ਟੀਮਾਂ ਸਾਡੀਆਂ ਲੱਗੀਆਂ ਹੋਈਆਂ, ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਔਰ ਸਖਤ ਕਾਰਵਾਈ ਹੋਏਗੀ। ਔਰ ਮੈਂ ਦਸੂਹਾ ਵਾਸੀਆਂ ਨੂੰ ਬਹੁਤ ਹੀ ਕਹਾਂਗਾ ਵੀ ਇਹਨਾਂ ਨੇ ਬਹਾਦਰੀ ਨਾਲ ਜਿਹੜਾ ਕੰਮ ਕੀਤਾ ਹੈਗਾ, ਔਰ ਉਮੀਦ ਕਰਦਾ ਇਸੇ ਤਰ੍ਹਾਂ ਜਿੱਦਾਂ ਰਾਤੀ ਪੁਲਿਸ ਨੂੰ ਸਹਿਯੋਗ ਮਿਲਿਆ ਸਾਰੇ ਸ਼ਹਿਰ ਵਾਸੀਆਂ ਦਾ, ਅੱਗੇ ਤੋਂ ਵੀ ਮਿਲਦਾ ਰਹੇਗਾ। ਔਰ ਇਹੋ ਜਿਹੇ ਜਿਹੜੇ ਮਾੜੇ ਬੰਦੇ ਆ, ਇਹਨਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਏਗਾ, ਬਹੁਤ ਸਖਤ ਕਾਰਵਾਈ ਹੋਏਗੀ। ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ, ਚਾਹੇ ਉਹ ਸਨੈਚਿੰਗ ਛੋਟੀ ਆ ਚਾਹੇ ਵੱਡੀ ਹੈਗੀ। ਸਰ ਇੱਕ ਕੈਂਥਾ ਦੇ ਵਿੱਚ ਰਾਤੀ ਸਿਕੰਦਰ ਮੱਛੀ ਵਾਲਾ, ਉਹਦੇ ਕੋਲ 1.5 ਲੱਖ ਰੁਪਏ ਦੀ ਖੋਹ ਹੋਈ, ਉਹ ਵੀ ਉਹਦੇ ਬਾਰੇ ਕੀ ਮੈਂ ਕਿਹਾ ਜੀ, ਜਾਣਕਾਰੀ? ਇਹ ਜਿਹੜੀ ਇਹ ਜਿਹੜਾ ਗਰੁੱਪ ਹੈਗਾ ਆ, ਅਸੀਂ ਵੀ ਬਹੁਤ ਕਈ ਦਿਨਾਂ ਤੋਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ, ਕਿਉਂਕਿ ਰਾਤੀ ਹੀ ਇਹ ਗਰੁੱਪ ਕਲੀਅਰ ਹੋਇਆ ਹੈਗਾ ਆ। ਆਊਟ ਆਫ ਡਿਸਟ੍ਰਿਕਟ ਸੀਗਾ ਇਹ, ਸਿਰਫ ਇੱਕ ਬੰਦਾ ਇਹਨਾਂ ਦੀ ਇੱਥੋਂ ਹੈਲਪ ਕਰ ਰਿਹਾ ਸੀ ਜਿਹੜਾ ਦਸੂਹੇ ਦਾ ਸੀ। ਔਰ ਸਾਨੂੰ ਪੂਰੀ ਉਮੀਦ ਹੈ ਵੀ ਇਹ ਗਰੁੱਪ ਨੇ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ, ਸਾਡੀਆਂ ਕਾਫੀ ਵਾਰਦਾਤਾਂ ਹੈਗੀਆਂ ਜਿਹੜੀਆਂ ਟਰੇਸ ਹੋ ਜਾਣਗੀਆਂ। ਸਾਡੀਆਂ ਟੀਮਾਂ ਸੀਏ ਦੀਆਂ ਔਰ ਦਸੂਹਾ SHO ਸਾਹਿਬ ਵੱਲੋਂ ਅਦਰ ਡਿਸਟ੍ਰਿਕਟ ਦੇ ਨਾਲ ਵੀ ਅਸੀਂ ਸੀਏ ਦੇ ਨਾਲ ਟੱਚ ਚ ਹੈਗੇ ਹਾਂ, ਜਿਵੇਂ ਕਪੂਰਥਲੇ ਸੀਏ ਵਾਲਿਆਂ ਨਾਲ ਪਲੱਸ ਜਲੰਧਰ ਵਾਲਿਆਂ ਨਾਲ। ਔਰ ਕਿਉਂਕਿ ਇੰਟਰ ਕਹਿ ਲਈਏ ਡਿਸਟ੍ਰਿਕਟ ਇੱਕ ਗੈਂਗ ਇੱਕ ਤਰ੍ਹਾਂ ਨਾਲ ਬਣ ਗਿਆ ਸੀ, ਜਿਹਨੂੰ ਟਰੇਸ ਕਰਦੇ ਕਰਦੇ ਸਾਡੀਆਂ ਟੀਮਾਂ ਵੀ ਲੱਗੀਆਂ ਹੋਈਆਂ ਸੀਗੀਆਂ, ਪਰ ਰਾਤੀ ਸਾਨੂੰ ਸਫਲਤਾ ਮਿਲੀ ਹੈ। ਔਰ ਇੱਕ ਬੰਦੇ ਦੀ ਜਿਵੇਂ ਲੱਤ ਟੁੱਟ ਗਈ ਹੈਗੀ ਆ, ਉਹਦੇ ਦੀ ਇੰਟਰੋਗੇਸ਼ਨ 'ਚ ਹੀ ਸਾਰਾ ਗਰੁੱਪ ਨੰਗਾ ਹੋਇਆ। ਸਰ ਦਸੂਹਾ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਮੇਰੀ ਅਪੀਲ ਹੈ ਵੀ ਬਿਲਕੁਲ ਪੁਲਿਸ ਉਹਨਾਂ ਦੇ ਨਾਲ ਖੜੀ ਆ, ਡੇ ਐਂਡ ਨਾਈਟ ਖੜੀ ਹੈਗੀ ਆ। ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਹੈਗੀ ਆ, ਪਲੀਜ਼ ਸਾਡਾ ਜਿਹੜਾ ਨੰਬਰ ਹੈਗਾ ਕੰਟਰੋਲ ਦਾ ਹੈਗਾ ਆ, SSP ਸਾਹਿਬ ਦਾ ਹੈਗਾ, ਮੇਰਾ ਨੰਬਰ ਆਲਮੋਸਟ ਤਕਰੀਬਨ ਸਾਰਿਆਂ ਕੋਲ ਹੈਗਾ। ਜੇ ਉਹਨਾਂ ਨੂੰ ਲੱਗਦਾ ਵੀ ਲੋਕਲ ਇਨਫੋਰਮੇਸ਼ਨ ਦੇ ਕੇ ਲੀਕ ਹੋ ਜਾਂਦੀ ਆ, ਸਾਡਾ ਨਾਮ ਨਸ਼ਰ ਹੋ ਜਾਂਦਾ, ਪਲੀਜ਼ ਸਾਡੇ ਨਾਲ ਸ਼ੇਅਰ ਕਰਨ। ਉਹਨਾਂ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਏਗਾ ਇਨਫੋਰਮੇਸ਼ਨ ਦੇਣ ਵਾਲੇ ਦਾ, ਮਾੜੇ ਬੰਦਿਆਂ ਦੀ ਇਨਫੋਰਮੇਸ਼ਨ ਦਿਓ, ਚਾਹੇ ਉਹ ਡਰੱਗਸ ਵਾਲੇ ਆ ਚਾਹੇ ਉਹ ਸਨੈਚਿੰਗ ਵਾਲੇ, ਬਿਲਕੁਲ ਜੀਰੋ ਟੋਲਰੈਂਸ ਹੈ, ਬਿਲਕੁਲ ਇਹ ਚੀਜ਼ ਬਰਦਾਸ਼ਤ ਨਹੀਂ ਹੋਊ ਔਰ ਸਖਤ ਕਾਰਵਾਈ ਹੋਏਗੀ। ਔਰ ਜੇਕਰ ਜਿਹੜਾ ਚੀਜ਼ ਲੱਗਦੀ ਆ ਪਬਲਿਕ ਨੂੰ ਵੀ ਪੁਲਿਸ ਵਾਲੇ ਮਿਲੇ ਹੋਏ ਆ, ਜੇ ਡੂਰਿੰਗ ਇਨਵੈਸਟੀਗੇਸ਼ਨ ਕਿਸੇ ਪੁਲਿਸ ਵਾਲੇ ਦੀ ਕੋਈ ਸ਼ਮੂਲੀਅਤ ਆਉਂਦੀ ਆ, ਕੋਈ ਇਮੀਡੀਏਟਲੀ ਉੱਤੇ ਸਖਤ ਕਾਰਵਾਈ ਹੋਏਗੀ। ਜੇ ਜੇ ਪਬਲਿਕ ਨੂੰ ਲੱਗਦਾ ਹੈਗਾ, ਬਲੈਕ ਸ਼ੀਪ ਹਰ ਜਗ੍ਹਾ ਹੁੰਦੀਆਂ, ਪਰੰਤੂ ਬਰਦਾਸ਼ਤ ਨਹੀਂ ਹੋਊਗਾ, ਜੋ ਪਹਿਲਾਂ ਹੋ ਗਿਆ ਹੁਣ ਬਿਲਕੁਲ ਸਖਤ ਕਾਰਵਾਈ ਹੋਊਗੀ, ਬੇਸ਼ੱਕ ਕੋਈ ਵੀ ਹੋਵੇ ਕਿਹੜੇ ਮਰਜ਼ੀ ਰਿੰਗ ਦੇ। ਠੀਕ, ਥੈਂਕ ਯੂ।